ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ। ਅੱਜ ਫਿਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜਾਣਾਂਗੇ ਪੰਨੂ ਸਾਹਿਬ ਕੋਲੋਂ ਜਿਹੜੀਆਂ ਖਬਰਾਂ ਇਸ ਵਕਤ ਹਵਾਵਾਂ 'ਚ ਨੇ ਉਹਨਾਂ ਦੇ ਅੰਦਰਲਾ ਸੱਚ ਕੀ ਆ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ ਪੰਨੂ ਸਾਹਿਬ। ਇਸ ਵਾਰ ਫਿਰ 2 ਅਕਤੂਬਰ ਨੂੰ ਗਾਂਧੀ ਜਯੰਤੀ ਸੀ ਅਤੇ ਗਾਂਧੀ ਜਯੰਤੀ ਦੇ ਮੌਕੇ ਦੇ ਉੱਪਰ 2014 ਦੇ ਵਿੱਚ ਜਿਹੜੀ ਪ੍ਰਧਾਨ ਮੰਤਰੀ ਹੋਰਾਂ ਨੇ ਮੁਹਿੰਮ ਚਲਾਈ ਸੀ ਸਵੱਛ ਭਾਰਤ ਮੁਹਿੰਮ, ਉਹ ਫਿਰ ਉਸੇ ਤਰ੍ਹਾਂ ਦੇ ਜਿਹੜੇ ਸਮਾਗਮ ਸੀਗੇ ਉਹ ਪੂਰੇ ਦੇਸ਼ ਦੇ ਵਿੱਚ ਚੱਲੇ, ਪਰ 4 ਸਾਲ ਲੰਘੇ ਆ ਅਤੇ ਭਾਰਤ ਜਿਹੜਾ ਉਹ ਸਵੱਛ ਹੁੰਦਾ ਕਿਤੇ ਨਜ਼ਰ ਆਉਂਦਾ ਨਹੀਂ, ਕਿਉਂਕਿ ਉਦੋਂ ਗੱਲਾਂ ਕੁਝ ਹੋਰ ਜਾਪਦੀਆਂ ਸੀ, ਪਰ 4 ਸਾਲ ਬਾਅਦ ਵੀ ਕਿੱਥੇ ਕੁ ਖੜਾ ਦੇਖਦੇ ਹਾਂ ਉਸ ਮਿਸ਼ਨ ਨੂੰ। ਮਹਾਤਮਾ ਗਾਂਧੀ ਨੂੰ ਜਿਹੜੇ ਬਾਪੂ ਕਹਿੰਦੇ ਆ, ਇਸ ਕਰਕੇ ਥੋੜ੍ਹਾ ਕਹਿੰਦੇ ਆ ਕਿ ਬਾਪੂ ਮੰਨਦੇ ਆ ਜੀ, ਇਸ ਕਰਕੇ ਕਹਿੰਦੇ ਆ ਕਿ ਉਹਦਾ ਨਾਮ ਬਾਪੂ ਪੈ ਗਿਆ ਸੀ ਜੀ। ਇੱਕ ਚਿੱਠੀ ਲਿਖੀ ਸੀ ਕਮਿਊਨਿਸਟ ਪਾਰਟੀ ਦੇ ਸੈਕਟਰੀ PC ਜੋਸ਼ੀ ਨੇ, ਅਤੇ ਉਹਦੇ 'ਚ ਉਮਰ ਦਾ ਤਕਾਜ਼ਾ ਰੱਖ ਕੇ ਅਤੇ ਬਾਪੂ ਕਹਿਤਾ, ਅਤੇ ਸਾਰੇ ਬਾਪੂ ਕਹਿਣ ਲੱਗ ਪਏ। ਅੱਜ ਵੀ ਬਾਪੂ ਬਾਪੂ ਕਰੀ ਜਾਂਦੇ ਨੇ ਜੀ। ਮੁੜ ਕੇ ਕਹਿੰਦੇ ਜੀ ਰਾਸ਼ਟਰਪਿਤਾ, ਅੱਜ ਤੱਕ ਉਹਨੂੰ ਕਦੇ ਸੰਵਿਧਾਨ ਦੇ ਵਿੱਚ ਰਾਸ਼ਟਰਪਿਤਾ ਦਾ ਦਰਜਾ ਨਹੀਂ ਦਿੱਤਾ ਗਿਆ। ਠੀਕ ਆ, ਮੰਨ ਲਿਆ ਜੀ, ਮੰਨੀ ਜਾਂਦੇ ਆ, ਚਲੋ ਰਵਾਇਤ ਦੇ ਤੌਰ 'ਤੇ ਮੰਨੀ ਜਾਓ। ਜਿਹੜੀਆਂ ਗੱਲਾਂ ਉਹਨੇ ਆਖੀਆਂ, ਸਵੱਛ ਭਾਰਤ ਮਿਸ਼ਨ ਦੀ ਗੱਲ ਤਾਂ ਹੁਣ ਆਈ, ਉਹਦੀ ਗੱਲ ਇਹਨਾਂ ਨੇ ਮੰਨੀ ਕਿਹੜੀ ਆ ਜੀ? ਉਹਦੇ ਵਕਤ ਬੰਗਾਲ ਵਿੱਚ ਹਿੰਦੂ ਮੁਸਲਿਮ ਦੰਗੇ ਹੋਏ ਸਨ, ਅਤੇ ਉਹ ਮਰਦੇ ਮੁਸਲਮਾਨਾਂ ਨੂੰ ਬਚਾਉਣ ਵਾਸਤੇ ਵਿੱਚ ਜਾ ਕੇ ਖਲੋ ਗਿਆ ਸੀ ਕਿ ਦੰਗੇ ਰੋਕੋ। ਉਹ ਜਦੋਂ ਵਕੀਲ ਹੁੰਦਾ ਸੀ, ਜੇ ਰਾਜਨੀਤੀ 'ਚ ਨਹੀਂ ਸੀ ਆਇਆ ਜੀ, ਉਹਨੇ ਇੱਕ ਮੁਕੱਦਮਾ ਲੜਿਆ ਸੀ। ਉਹ ਮੁਕੱਦਮਾ ਜਿੱਤ ਲਿਆ, ਬਾਅਦ ਵਿੱਚ ਜਦੋਂ ਬੰਦਾ ਧੰਨਵਾਦ ਕਰਨ ਆਇਆ ਤਾਂ ਉਹਨੇ ਸੱਚੀ ਗੱਲ ਦੱਸ ਦਿੱਤੀ ਕਿ ਆਪਣੇ ਉੱਤੇ ਕੇਸ ਠੀਕ ਹੀ ਪਿਆ ਸੀ, ਝੂਠੇ ਆਪਾਂ ਸਾਂ। ਅਤੇ ਮਹਾਤਮਾ ਗਾਂਧੀ ਅਗਲੇ ਦਿਨ ਜੱਜ ਕੋਲ ਚਲਾ ਗਿਆ ਮਾਫ਼ੀ ਮੰਗਣ ਕਿ ਮੈਂ ਤਾਂ ਜੀ ਗਲਤ ਬੰਦੇ ਦੀ ਤਰਫਦਾਰੀ ਕਰ ਬੈਠਾ, ਉਹ ਤਾਂ ਬੰਦਾ ਗਲਤ ਸੀ, ਅਤੇ ਮੈਂ ਵਕਾਲਤ ਕਰਕੇ ਬੰਦਾ ਵੀ ਛਡਾ ਦਿੱਤਾ। ਅਤੇ ਜੱਜ ਕਹਿੰਦਾ ਕੋਈ ਨਹੀਂ, ਤੁਹਾਡਾ ਕੰਮ ਤਾਂ ਵਕੀਲ ਦਾ ਹੀ ਸੀ। ਉਹ ਕਹਿੰਦਾ ਵਕੀਲ ਦਾ ਨਹੀਂ, ਮੇਰੀ ਜ਼ਮੀਰ 'ਤੇ ਬੋਝ ਆ। ਅੱਜ ਦੇ ਹਿੰਦੁਸਤਾਨ ਵਿੱਚ ਸਭ ਤੋਂ ਹੇਠਲੀ ਕਚਹਿਰੀ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਇੱਕ ਵੀ ਵਕੀਲ ਇਹੋ ਜਿਹਾ ਹੈਗਾ ਸ਼ਾਇਦ ਹੀ ਕੋਈ ਹੋਵੇ ਜਿਹਨੇ ਕਦੇ ਆਖਿਆ ਹੋਵੇ ਕਿ ਝੂਠਾ ਕੇਸ ਤਾਂ ਮੈਂ ਨਹੀਂ ਲੜਨਾ। ਕਹਿੰਦੇ ਜੀ ਕੇਸ ਤਾਂ ਕੇਸ ਆ, ਇਸ ਵੇਲੇ ਤਾਂ ਸਾਡੇ ਰਾਸ਼ਟਰਪਤੀ ਸਾਹਿਬ ਵੀ ਪੁਰਾਣੇ ਵਕੀਲ ਨੇ ਜੀ, ਉਹ ਕੇਸ ਨੂੰ ਕੇਸ ਦੇ ਤੌਰ 'ਤੇ ਲੈਂਦੇ ਆ। ਮਹਾਤਮਾ ਗਾਂਧੀ ਦਾ ਚੇਤਾ ਕਿਹਨੂੰ ਆਉਂਦਾ? ਮਹਾਤਮਾ ਗਾਂਧੀ ਜਿਹੜੀਆਂ ਗੱਲਾਂ ਵਾਸਤੇ ਲੜਦਾ ਰਿਹਾ, ਜਿਹੜੀਆਂ ਗੱਲਾਂ ਦੇ ਉੱਤੇ ਦੀ ਅੜੀ ਹੁੰਦੀ ਸੀ, ਉਹ ਗੱਲਾਂ ਤਾਂ ਕੋਈ ਵੀ ਨਹੀਂ। ਹੁਣ ਅਹਿੰਸਾ ਦੀਆਂ ਗੱਲਾਂ ਉਹ ਕਰਦਾ ਸੀ, ਇੱਥੇ ਅਹਿੰਸਾ ਦੀਆਂ ਗੱਲਾਂ ਅੱਜ ਗਾਂਧੀ ਦਾ ਨਾਂ ਲੈ ਕੇ ਉਹ ਕਰਦੇ ਆ ਜਿਨ੍ਹਾਂ ਨੇ ਆਪਣੀ ਸਰਕਾਰ ਦੇ ਥੱਲੇ ਦੰਗੇ ਕਰਵਾਏ ਆ, ਲੋਕ ਮਰਵਾਏ ਆ, ਅਤੇ ਦੰਗੇ ਕਰਨ ਵਾਲਿਆਂ ਦੀ ਪੁਸ਼ਤ ਪਨਾਹੀ ਕੀਤੀ ਆ ਜੀ। ਉਹਨਾਂ 'ਚ ਕਾਂਗਰਸੀ ਵੀ ਹੈਗੇ ਨੇ, ਉਹਨਾਂ 'ਚ BJP ਵਾਲੇ ਵੀ ਹੈਗੇ ਨੇ, ਇਹ ਸਾਰੇ ਹੈਗੇ ਨੇ। ਪਰ ਗਾਂਧੀ ਕਹੀ ਜਾਓ ਕੀ, ਗਾਂਧੀ ਕਹਿਣ ਦੇ ਵਿੱਚ ਕੀ ਹਰਜ ਹੈ? ਨਵੀਂ ਤਾਂ ਹਾਲਤ ਇਹ ਹੈ ਕਿ ਖਬਰ ਤਾਜ਼ਾ ਆ ਗਈ ਆ ਕਿ ਗੋਡਸੇ ਦੇ ਬਾਰੇ ਇੱਕ ਫਿਲਮ ਬਣੀ ਸੀ ਜਿਹੜੀ ਬਹੁਤ ਦੇਰ ਦੀ ਰੋਕੀ ਹੋਈ ਸੀ, ਕਿ ਗੋਡਸੇ ਨੇ, ਨੱਥੂ ਰਾਮ ਗੋਡਸੇ ਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ ਸੀ, ਇਸ ਦੋਸ਼ ਵਿੱਚ ਉਹ ਫਾਂਸੀ ਲੱਗਾ ਸੀ ਜੀ। ਉਹਦੇ ਭਰਾ ਨੂੰ ਵੀ ਉਮਰ ਕੈਦ ਹੋਈ ਸੀ, ਗੋਪਾਲ ਨੂੰ, ਨੱਥੂ ਰਾਮ ਫਾਂਸੀ ਲੱਗਾ ਸੀ। ਜਿਹੜੀ ਉਹਦੀ ਫਿਲਮ ਬਣੀ ਸੀ ਹੁਣ ਤੱਕ ਉਹ ਰੋਕੀ ਹੋਈ ਸੀ। ਹੁਣ ਤਾਂ ਇਹ ਤਿਆਰੀ ਹੈ ਕਿ ਇਸ ਮਹੀਨੇ ਹੋਵੇ ਜਾਂ ਇਸ ਹਫ਼ਤੇ ਜਾਂ ਅਗਲੇ ਮਹੀਨੇ ਹੋ ਜੇ, ਕਿਸੇ ਵਕਤ ਵੀ ਉਹ ਫਿਲਮ ਰਿਲੀਜ਼ ਹੋ ਸਕਦੀ ਹੈ। ਅਤੇ ਫਿਰ ਗਾਂਧੀ ਤਾਂ ਪਿੱਛੇ ਹਟਦਾ ਜਾ ਰਿਹਾ, ਗੋਡਸੇ ਅੱਗੇ ਤੁਰਿਆ ਆ ਰਿਹਾ ਜੀ। ਕੇਰਲਾ ਦੇ ਵਿੱਚ BJP ਦੇ ਰਸਾਲੇ ਦੇ ਵਿੱਚ BJP ਦਾ ਇੱਕ ਸਿਧਾਂਤਕਾਰ ਇਹ ਲਿਖਦਾ ਕਿ ਗੋਡਸੇ ਤੋਂ ਗਲਤੀ ਹੋ ਗਈ, ਉਹਨੇ ਗਾਂਧੀ ਨੂੰ ਮਾਰਿਆ, ਉਹਨੂੰ ਚਾਹੀਦਾ ਸੀ ਨਹਿਰੂ ਨੂੰ ਮਾਰ ਦਿੱਤਾ ਜਾਵੇ। ਉਹਦੇ ਕੋਲ ਲੇਖ ਲਿਖਾ ਕੇ ਸਭ ਥਾਵਾਂ 'ਤੇ ਵੰਡਿਆ ਜਾਂਦਾ, ਛਾਪਿਆ ਜਾਂਦਾ, ਅਤੇ ਮਗਰੋਂ ਪਾਰਟੀ ਕਹਿੰਦੀ ਉਹਦੇ ਨਿੱਜੀ ਵਿਚਾਰ ਨੇ। ਉਹ ਨਿੱਜੀ ਵਿਚਾਰਾਂ ਵਾਲੀ ਕਹਾਣੀ ਜਿਹੜੀ ਹੈ, ਉਹ ਸਾਰਾ ਕੁਝ ਦੱਸਦਾ ਨਹੀਂ ਕਿ ਅਸਲ 'ਚ ਪਾਰਟੀ ਅੰਦਰੋਂ ਚਾਹੁੰਦੀ ਕੀ ਹੈ। ਰਹਿ ਗਿਆ ਸਵੱਛ ਭਾਰਤ ਮਿਸ਼ਨ, ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਹੋਰ ਕੁਛ ਨਹੀਂ ਸੀ ਉਦੋਂ ਕਹਿਤਾ ਕਿ ਸਵੱਛ ਭਾਰਤ ਮਿਸ਼ਨ ਚਲਾਉਣਾ। ਮਹਾਤਮਾ ਗਾਂਧੀ ਦੀ ਸਮਾਧੀ ਤੋਂ ਸ਼ੁਰੂ ਕੀਤਾ ਜੀ, ਪਬਲਿਕ ਸਕੂਲਾਂ ਦੇ, ਬਹੁਤ ਮਹਿੰਗੇ ਪਬਲਿਕ ਸਕੂਲਾਂ ਦੇ ਬੱਚੇ ਲਿਆਂਦੇ, ਜਿਨ੍ਹਾਂ ਦੇ ਘਰ ਦੇ ਵਿੱਚੋਂ ਸਾਹਮਣੇ ਪਈ ਪਲੇਟ ਵੀ ਨੌਕਰ ਚੁੱਕਦਾ
ਅਤੇ ਪਾਣੀ ਦਾ ਗਿਲਾਸ ਵੀ ਨੌਕਰ ਲਿਆ ਕੇ ਪਿਆਉਂਦਾ, ਅਤੇ ਬਾਅਦ ਵਿੱਚ ਹੱਥ ਸਾਫ਼ ਕਰਨ ਵਾਸਤੇ ਵੀ ਤੌਲੀਆ ਨੌਕਰ ਲਿਆਉਂਦਾ, ਉਹ ਇਕੱਠੇ ਕਰਕੇ, ਅਤੇ ਪ੍ਰਧਾਨ ਮੰਤਰੀ ਨੇ ਤਕਰੀਰ ਕੀਤੀ ਸਵੱਛ ਭਾਰਤ ਦੀ ਜੀ। ਅੱਗੇ ਅੱਗੇ ਪ੍ਰਧਾਨ ਮੰਤਰੀ ਬੋਲਿਆ, ਪਿੱਛੇ ਪਿੱਛੇ ਬੱਚੇ ਬੋਲੇ ਅਤੇ ਟੀਚਰ ਬੋਲੇ, ਅਤੇ ਸਫਾਈ ਦੀ ਸਹੁੰ ਖਾਧੀ। ਜਦੋਂ ਉਹ ਚਲੇ ਗਏ ਤਾਂ ਡਿਸਪੋਜੇਬਲ ਪਲੇਟਾਂ ਅਤੇ ਚਮਚੇ ਐਡਾ ਕੁ ਢੇਰ ਲੱਗ ਗਿਆ ਸੀ ਕਿ ਦਿੱਲੀ ਦੀ ਮਿਊਂਸਪਲ ਕਾਰਪੋਰੇਸ਼ਨ ਨੂੰ ਸਫਾਈ ਸੇਵਕ ਲਾ ਕੇ 4 ਘੰਟਿਆਂ 'ਚ ਸਫਾਈ ਕਰਨੀ ਪਈ ਸੀ। ਉਦੋਂ ਨਹੀਂ ਪਤਾ ਸਵੱਛ ਭਾਰਤ ਮਿਸ਼ਨ ਦਾ ਕੀ ਬਣੇਗਾ। ਇਹ ਭਾਰਤ ਹੈ, ਇੱਥੇ ਮਹਾਤਮਾ ਗਾਂਧੀ ਜਿੱਥੇ ਰਹਿੰਦੇ ਹੁੰਦੇ ਸੀ ਵਾਰਧਾ ਆਸ਼ਰਮ 'ਚ, ਉੱਥੇ ਇੱਕ ਵਾਰੀ ਉਹਨਾਂ ਨੇ ਆਖਿਆ ਸੀ ਗੱਲ ਲਾਗੇ ਆਸੇ ਪਾਸੇ ਅਨਪੜ੍ਹ ਲੋਕ ਨੇ, ਇਹਨਾਂ ਨੂੰ ਸਮਝ ਕੋਈ ਨਹੀਂ, ਤੜਕੇ ਉੱਠਦੇ ਆ, ਦੂਰ ਨਹੀਂ ਜਾਂਦੇ, ਰਸਤੇ 'ਚ ਹੀ ਬਹਿ ਕੇ ਕਿਤੇ ਗੰਦ ਪਾ ਕੇ ਮੁੜ ਆਉਂਦੇ ਆ। ਮੈਂ ਇਹਨਾਂ ਨੂੰ ਸਮਝਾਵਾਂ, ਅਗਲੇ ਦਿਨ ਟੋਕਰੀ ਲੈ ਕੇ ਗਿਆ ਸਮਝਾਉਣ, ਮਤਲਬ ਇਹ ਸੀ ਕਿ ਮੇਰੀ ਵੇਖੋ ਵੇਖੀ ਇਹ ਵੀ ਚੁੱਕਣਗੇ। ਉਹ ਸਾਰੇ ਆਏ ਸੀ ਪਰ ਕਿਸੇ ਨੇ ਆ ਕੇ ਚੁੱਕਿਆ ਨਹੀਂ ਸੀ। ਅੱਗੇ ਲੱਗ ਕੇ ਕਹਿੰਦੇ ਸੀ ਮਹਾਤਮਾ ਜੀ ਇਹ ਕੌ ਢੇਰੀ ਵੀ ਪਈ ਹੈ ਚੁੱਕ ਲਓ। ਇਹ ਭਾਰਤ ਹੈ, ਇਹ 'ਚ ਸਵੱਛ ਭਾਰਤ ਮਿਸ਼ਨ 22,000 ਕਰੋੜ ਰੁਪਈਆ ਗੰਗਾ 'ਤੇ ਫੂਕ ਦਿੱਤਾ, ਗੰਗਾ 'ਤੇ ਸਾਫ਼ ਨਹੀਂ ਹੋਈ। ਇਹ ਭਾਰਤ ਦਾ ਗੰਦ ਵੀ ਐਡੀ ਛੇਤੀ ਸਾਫ਼ ਹੋਣ ਵਾਲਾ ਨਹੀਂ। ਬਿਲਕੁਲ ਸਹੀ। ਚਲੋ ਖੈਰ, ਇਹ ਤਾਂ ਚੱਲਦੀਆਂ ਰਹਿਣੀਆਂ ਨੇ ਸਰਕਾਰੀ ਗੱਲਾਂ ਨੇ। ਚਲੋ ਸਰਕਾਰੀ ਗੱਲਾਂ ਤੋਂ ਬਾਅਦ ਆਪਾਂ ਸਿਆਸਤ ਵਾਲੇ ਪਾਸੇ ਇੱਕ ਹੋਰ ਮੋੜਾ ਕੱਢਦੇ ਹਾਂ, ਪੰਜਾਬ ਦੀ ਗੱਲ ਕਰਦੇ ਹਾਂ। ਪੰਜਾਬ ਦੇ 7 ਤਰੀਕ ਜਿਹੜੀ ਹੈ ਜੀ, 7 ਅਕਤੂਬਰ, ਬੜੀ ਅਹਿਮ ਮੰਨੀ ਜਾ ਰਹੀ ਹੈ। ਸੁਖਪਾਲ ਖਹਿਰਾ ਹੋਰੀ ਵਾਰ ਵਾਰ ਮੀਡੀਆ ਸਾਹਮਣੇ ਆ ਕੇ ਕਹਿੰਦੇ ਕਿ ਜੇ ਕੋਈ ਅਕਾਲੀਆਂ ਲੱਗਿਆ, ਜੇ ਕੋਈ ਕਾਂਗਰਸੀਆਂ ਲੱਗਿਆ ਤਾਂ ਉਹ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰੂਗਾ, ਅਸੀਂ ਇਨਸਾਫ਼ ਦੀ ਲੜਾਈ ਲੜ ਰਹੇ ਹਾਂ ਅਤੇ ਬਾਕੀ ਸਾਡੇ ਇਸ ਇਨਸਾਫ਼ ਦੀ ਲੜਾਈ ਨੂੰ ਧਾਰ ਪੀੜੋ ਕਰਨ ਦੀ ਕੋਸ਼ਿਸ਼ 'ਚ ਨਹੀਂ। ਕਿਵੇਂ ਦੇਖਦੇ ਉਹਨਾਂ ਦੇ ਇਸ ਬਿਆਨ? ਆਹ ਜਿਹੜੀਆਂ ਗੱਲਾਂ ਨੇ ਕਿ ਜੇ ਕਾਂਗਰਸੀਆਂ ਵੱਲ ਗਿਆ, ਜੇ ਅਕਾਲੀਆਂ ਵੱਲ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰੂਗਾ, ਇਹ ਇੱਕ ਕਿਸਮ ਦੀਆਂ ਸੋਹਾਂ ਪਾਉਣ ਵਾਲੀ ਗੱਲ ਹੈ। ਇਹ ਸੋਹਾਂ ਪਾਉਣ ਦਾ ਕੰਮ ਤਾਂ ਸੁਖਪਾਲ ਸਿੰਘ ਖਹਿਰੇ ਨੂੰ ਨਹੀਂ ਕਰਨਾ ਚਾਹੀਦਾ। ਉੱਦਾਂ ਇਹ ਹੈ ਕਿ ਜਿਹੜਾ ਮਤਲਬ 7 ਤਰੀਕ ਦਾ ਦਿਨ ਹੈ ਜੀ, ਉਹ ਦੋ ਹੀ ਕੰਮ ਕਰੇਗਾ, ਜਾਂ ਤਾਂ ਰਾਜਨੀਤੀ ਦਾ ਸੱਤ ਕੱਢੇਗਾ ਜਾਂ ਸੱਤਿਆਨਾਸ਼ ਕਰੇਗਾ। ਗੱਲ ਕਿੱਥੋਂ ਸ਼ੁਰੂ ਹੋਈ ਸੀ? ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ, ਜਿਹਦੀ ਵਿਧਾਨ ਸਭਾ 'ਚ ਬਹਿਸ ਹੋਣੀ ਸੀ ਅਤੇ ਅਕਾਲੀ ਉੱਥੋਂ ਭੁੜਕ ਕੇ ਬਾਹਰ ਨਿਕਲ ਗਏ ਜੀ, ਕਿਉਂਕਿ ਜੋ ਕੁਝ ਅੱਗੇ ਆਖਿਆ ਜਾਣਾ ਸੀ ਉਹ ਸੁਣਨ ਦਾ ਮਾਦਾ ਹੀ ਨਹੀਂ ਸੀ, ਉਹਨੇ ਸਹਿਣਸ਼ੀਲਤਾ ਨਹੀਂ ਸੀ, ਅਤੇ ਦੂਜਿਆਂ ਨੇ ਪੇਸ਼ ਕਰਕੇ ਤਕਰੀਰਾਂ ਕਰ ਲਈਆਂ, ਕੰਮ ਤਾਂ ਉਹਦੇ ਅੱਗੇ ਹੋਇਆ ਕੋਈ ਨਹੀਂ ਜੀ। ਉਹ ਬਾਹਰ ਨਿਕਲ ਕੇ ਖੁਸ਼ ਹੋ ਗਏ, ਅੰਦਰ ਤਕਰੀਰਾਂ ਕਰਕੇ ਖੁਸ਼ ਹੋ ਗਏ। ਇਹ ਸੁਖਪਾਲ ਸਿੰਘ ਖਹਿਰੇ ਨੇ ਵੀ ਤਕਰੀਰ ਕੀਤੀ ਸੀ, ਇਹਦੇ ਉੱਤੇ ਅਮਲੀ ਯਤਨ ਕਰਨੇ ਚਾਹੀਦੇ ਸੀ, ਉਹ ਕਿਸੇ ਨੇ ਕੀਤੇ ਨਹੀਂ। ਫਿਰ ਅਕਾਲੀਆਂ ਨੇ ਇਹ ਵੇਖ ਕੇ ਕਿ ਸਾਡੀ ਪੋਜੀਸ਼ਨ ਖਰਾਬ ਬਹੁਤ ਹੋ ਗਈ ਆ, ਅਬੋਹਰ ਵਿੱਚ ਜਾ ਕੇ ਪਹਿਲੀ ਰੈਲੀ ਸੁਨੀਲ ਜਾਖੜ ਦੇ ਖਿਲਾਫ਼ ਕੀਤੀ ਜੀ, ਉਹ ਰੈਲੀ ਕਰਕੇ ਵੇਖਿਆ ਕਿ ਥੋੜ੍ਹਾ ਜਿਹਾ ਪੈਰ ਧਰਾਵਾ ਹੁੰਦਾ, ਫਿਰ ਦੂਜੀ ਰੈਲੀ ਫਰੀਦਕੋਟ 'ਚ ਕਰਤੀ। ਸਰਕਾਰ ਨੇ ਆਖਿਆ ਕਰਨ ਨਹੀਂ ਦੇਣੀ, ਉਹਨਾਂ ਨੇ ਅਦਾਲਤੋਂ ਹੁਕਮ ਲੈ ਕੇ ਕਰ ਦਿੱਤੀ। ਫਿਰ ਸਰਕਾਰ ਨੇ ਆਖਿਆ ਇਹਨਾਂ ਨੇ ਕੀਤੀ ਸਾਡੇ ਖਿਲਾਫ਼ ਬੋਲੇ ਆ, ਅਸੀਂ ਇਹਨਾਂ ਦੇ ਖਿਲਾਫ਼ ਲੰਬੀ 'ਚ ਜਾ ਕੇ ਕਰਾਂਗੇ। ਉਹ ਕਹਿੰਦੇ ਅਸੀਂ ਤੁਹਾਡੇ ਘਰ ਆ ਕੇ ਪਟਿਆਲੇ 'ਚ ਕਰਾਂਗੇ ਜੀ। ਹੁਣ ਪਟਿਆਲੇ ਵਾਲੇ ਲੰਬੀ ਨੂੰ ਜਾਣਗੇ, ਲੰਬੀ ਵਾਲੇ ਪਟਿਆਲੇ ਨੂੰ ਆਉਣਗੇ, ਕਾਫਲੇ ਰਸਤੇ 'ਚੋਂ ਇੱਕ ਦੂਜੇ ਦੇ ਕੋਲ 'ਤੇ ਲੰਘਣਗੇ। ਜਦੋਂ ਟਰੱਕ ਇੱਕ ਦੂਜੇ ਦੇ ਕੋਲ ਦੀ ਲੰਘੇ, ਫਿਰ ਚੜਾ ਕੇ ਇੱਕ ਦੂਜੇ ਨਾਅਰੇ ਵੱਜਣਗੇ, ਅਤੇ ਹਰ ਟਰੱਕ ਦੇ ਨਾਲ 5-5 ਪੁਲਿਸ ਵਾਲੇ ਤਾਂ ਨਹੀਂ ਹੋਣ ਜਿਹੜੇ ਲੜਦੇ ਨੂੰ ਉਠਾ ਦੇਣਗੇ ਜੀ। ਜੇ ਰਸਤੇ 'ਚ ਕਿਤੇ ਭਿੜ ਪਏ ਤਾਂ ਫਿਰ ਕੀ ਬਣੇਗਾ? ਇਹਨਾਂ ਦੋਵਾਂ ਦੇ ਵਿਚਾਲਿਓਂ ਕੋਟਕਪੂਰੇ ਤੋਂ ਬਰਗਾੜੀ ਤੱਕ ਮਾਰਚ ਕਹਿੰਦਾ ਸੁਖਪਾਲ ਸਿੰਘ ਖਹਿਰਾ ਮੈਂ ਕੱਢਣਾ ਜੀ, ਇਹਦੀ ਫੋਰਸ ਵੀ ਰਾਹ 'ਚ ਹੋਵੇਗੀ ਕਿਸੇ ਥਾਂ 'ਤੇ, ਜੇ ਉਹਦੇ ਨਾਲ ਟਕਰਾਅ ਹੋ ਗਿਆ ਫਿਰ ਕੀ ਬਣੇਗਾ? ਇਹ ਸਾਰਾ ਕੁਝ ਇੱਕੋ ਦਿਨ ਕਰਨ ਵਾਲਾ ਗਲਤ ਸੀ। ਚਾਹੀਦਾ ਇਹ ਸੀ ਕਿ ਦਿਨ ਵੱਖ ਵੱਖ ਰੱਖ ਲਏ ਜਾਂਦੇ। ਜੇ ਕਾਂਗਰਸ ਪਾਰਟੀ ਨੇ 7 ਤਰੀਕ ਦਾ ਦਿਨ ਰੱਖ ਲਿਆ ਸੀ, ਅਕਾਲੀ ਨਾ ਰੱਖਦੇ ਜੀ। ਸੁਖਪਾਲ ਸਿੰਘ ਖਹਿਰਾ ਕਹਿੰਦੇ ਜੀ ਅਸੀਂ 7 ਪਹਿਲਾਂ ਰੱਖੀ ਸੀ, ਜੇ ਇਹਨਾਂ 7 ਰੱਖੀ ਸੀ ਤਾਂ ਕਾਂਗਰਸੀ ਇੱਕ ਦਿਨ ਦਾ ਜਾਂ ਇੱਕ ਹਫ਼ਤੇ ਦਾ ਅੱਗਾ ਪਿੱਛਾ ਕਰ ਲੈਂਦੇ ਜੀ। ਚੰਗੀ ਗੱਲ ਇਹ ਹੋਣੀ ਸੀ ਕਿ ਇਹੋ ਜਿਹਾ ਮੌਕਾ ਥੋੜ੍ਹਾ ਜਿਹਾ 1-2 ਦਿਨਾਂ ਦਾ ਫਰਕ ਪਾ ਲੈਂਦੇ, ਨਾਲੇ ਪਤਾ ਲੱਗਦਾ ਰਹਿੰਦਾ ਕਿ ਕਿੰਨੀ ਕਿਸੇ ਦੀ ਤਾਕਤ ਹੈ, ਉਹਦੀ ਭੀੜ ਕਿੰਨੀ ਸੀ, ਉਹਦੀ ਕਿੰਨੀ ਸੀ। ਹੁਣ ਜਿਹੜਾ ਸਾਰਾ ਕੁਝ 7 ਤਰੀਕ ਨਾਲ ਜੋੜ ਦਿੱਤਾ ਗਿਆ, ਇਸ ਵੇਲੇ ਪੰਜਾਬ ਦਾ ਮਾਹੌਲ ਬੜਾ ਤਪਿਆ ਪਿਆ, ਲੋਕਾਂ ਦੇ ਮਨਾਂ 'ਚ ਗੁੱਸਾ ਗੁਰੂ ਗ੍ਰੰਥ ਸਾਹਿਬ ਦਾ ਕਰਕੇ ਜੀ, ਲੋਕਾਂ ਦੇ ਮਨਾਂ 'ਚ ਗੁੱਸਾ ਕਿ ਸਿੱਖ ਧਰਮ ਸਥਾਨਾਂ ਦੀ ਬੇਅਦਬੀ ਹੋਈ ਹੈ, ਅਤੇ ਜਿਨ੍ਹਾਂ ਨੇ ਕਰਵਾਈ ਹੈ ਜੇ ਤਾਂ ਉਹ ਥੋੜ੍ਹੇ ਬਹੁਤ ਕੋਈ ਮਤਲਬ ਸ਼ਰਮ ਹੋਵੇ ਅਤੇ ਅੰਦਰ ਵੜ ਕੇ ਅਤੇ ਆਪੋ 'ਚ ਬੈਠ ਕੇ ਸਲਾਹ ਕਰਨੀ ਚਾਹੀਦੀ ਕਿ ਗਲਤੀ ਕਰ ਬੈਠੇ ਕੀ ਕਰੀਏ ਜੀ। ਪਰ ਉਹਨਾਂ ਨੇ ਉਹ ਲੰਬੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਇਹੋ ਜਿਹੇ ਚਾਪਲੂਸਾਂ ਦੀ ਟੀਮ ਸਾਰੀ ਤਾਇਨਾਤ ਕੀਤੀ, ਜਿਹੜੀ ਕਹਿੰਦੀ ਜੀ ਤੁਸੀਂ ਪਰਵਾਹ ਨਾ ਕਰੋ, ਧਾਰਮਿਕ ਪਦਵੀਆਂ 'ਤੇ ਆਪਣੇ ਕੋਲ ਥਾਪੜਾ ਅਸੀਂ ਦੇਣਾ, ਨਾ ਤਾਂ ਉਹਨਾਂ ਨੂੰ ਪਰਵਾਹ, ਨਾ ਸਰਕਾਰ ਨੂੰ ਪਰਵਾਹ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ, ਮੁੜ ਕੇ ਕੀਤਾ ਕੀ ਜੇ ਜੀ, ਕੁਝ ਕਰਕੇ ਤਾਂ ਵਿਖਾਓ, ਉਹਨਾਂ ਵੀ ਕੁਝ ਨਹੀਂ ਕੀਤਾ। ਅਤੇ ਸੁਖਪਾਲ ਸਿੰਘ ਖਹਿਰੇ ਹੋਰੀ
ਲੜਾਈ ਤਾਂ ਆਪਣੇ ਘਰ ਦੀ ਨਹੀਂ ਰੋਕ ਆਉਂਦੀ, ਅਤੇ ਹੁਣ ਪੂਰੀ ਤਰ੍ਹਾਂ ਇੱਕ ਵੱਖਰੀ ਵਿਚਾਰਧਾਰਾ ਨਾਲ ਜੁੜ ਕੇ ਸੁਖਪਾਲ ਸਿੰਘ ਖਹਿਰਾ ਜਿਹੜੇ ਰਾਹ ਪੈ ਗਿਆ, ਉਸ ਰਾਹ 'ਤੇ ਪੈ ਤਾਂ ਗਿਆ, ਜਦੋਂ ਵਾਪਸ ਆਉਣਾ ਪਿਆ ਤਾਂ ਵਾਪਸ ਕਿੱਦਾਂ ਆਵੇਗਾ? ਮੈਨੂੰ ਲੱਗਦਾ ਹੈ ਕਿ ਵਾਪਸੀ ਦਾ ਗੇਟ ਬੰਦ ਹੋ ਜਾਣਾ, ਜਿਹੜੇ ਪਾਸੇ ਨੂੰ ਤੁਰਿਆ ਜਾ ਰਿਹਾ ਇੱਕ ਹੱਦ ਤੋਂ ਅੱਗੇ ਨਾ ਚਲਾ ਜਾਂਦਾ ਹੋਵੇ। ਬਿਲਕੁਲ ਸਹੀ। ਸੋ ਇਹ ਵੀ ਇੱਕ ਇਸ਼ਾਰਾ ਹੈ ਜੀ, ਦੇਖੋ ਇਹ ਆਉਣ ਵਾਲੇ ਦਿਨਾਂ ਨੂੰ ਪਤਾ ਲੱਗੇਗਾ ਕਿ 7 ਤੋਂ ਬਾਅਦ ਜਿਹੜੀ ਪੰਜਾਬ ਦੀ ਸਿਆਸਤ ਉਹ ਕੀ ਮੋੜਾ ਕੱਟਦੀ ਹੈ। ਵੇਲਾ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਫਿਰ ਮਿਲਦੇ ਹਾਂ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀ ਵੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪਰ ਸਭ ਅਗਲਾ ਸਵਾਲ ਮੈਂ ਕਰਨਾ ਚਾਹੁੰਦਾ, ਅੱਜ ਤੋਂ 5 ਕੁ ਮਹੀਨੇ ਪਹਿਲਾਂ ਮੇਰੇ ਖਿਆਲ ਤੁਹਾਨੂੰ ਯਾਦ ਹੋਣਾ, ਮੁਲਕ ਦੇ ਪ੍ਰਧਾਨ ਮੰਤਰੀ ਮਾਣਯੋਗ ਨਰਿੰਦਰ ਮੋਦੀ ਸਾਹਿਬ ਨੇ ਇੱਕ ਹਰੀ ਝੰਡੀ ਦਿੱਤੀ ਸੀ ਬੱਸ ਨੂੰ, ਜਿਹੜੀ ਯੂਪੀ 'ਚ ਅਯੁੱਧਿਆ ਤੋਂ ਲੈ ਕੇ ਅਤੇ ਨੇਪਾਲ ਦੇ ਜਨਕਪੁਰ ਦੇ ਵਿੱਚ ਜਿਹੜਾ ਤੀਰਥ ਸਥਾਨ ਉੱਥੋਂ ਤੱਕ ਚੱਲਣੀ ਸੀ। ਉਦੋਂ ਤਾਂ ਬੜਾ ਰੌਲਾ ਰੱਪਾ ਸੀਗਾ ਜੀ, ਬਾਅਦ 'ਚ ਬੱਸ ਚੱਲੀ ਨਹੀਂ। ਗੱਲ ਇਹ ਹੈ ਕਿ ਇਹ ਪ੍ਰਧਾਨ ਮੰਤਰੀ ਸਾਹਿਬ ਬਹੁਤ ਸਾਰੀਆਂ ਚੀਜ਼ਾਂ 'ਚ ਜੁਮਲੇਬਾਜ਼ੀ ਕਰਦੇ ਆ। ਅਜੇ ਤੱਕ ਤਾਂ ਜਿਹੜੇ 5-5 ਲੱਖ ਰੁਪਏ ਖਾਤਿਆਂ 'ਚ ਆਉਣੇ ਸੀ ਉਹ ਨਹੀਂ ਆਏ। ਨਹੀਂ ਇੱਦਾਂ ਨਾ ਕਹੋ, ਮੈਂ ਤਾਂ ਡੀਕਣ ਡਿਆ ਕੀ ਪਤਾ ਆ ਜਾਣਾ, ਅਸੀਂ ਕਿਹੜਾ ਸਰਕਾਰ ਆਸ ਨਾਲ ਧਿਆਨ ਕਹਿ ਜੀ ਤੁਸੀਂ ਡੀਕੋ ਹਾਂ, ਪਰ ਆਏ ਤਾਂ ਨਹੀਂ ਨਾ ਜੀ। ਉਹਨਾਂ ਨੇ ਆਖਿਆ ਸੀ 1 ਸਾਲ ਦੇ ਅੰਦਰ ਅਪਰਾਧੀਆਂ ਬਾਰੇ ਫੈਸਲਾ ਕਰ ਦੂੰ, 4.5 ਸਾਲ ਹੋ ਗਏ ਆ, ਅਜੇ ਤੱਕ ਕੋਰਟਾਂ ਹੀ ਕਾਇਮ ਹੋਣ ਹੁੰਦੀਆਂ ਪਈਆਂ ਨੇ, ਉਹਦਾ ਕਰਤਾ ਸੀ ਜੀ। ਸਾਰੇ ਮਾਮਲਿਆਂ 'ਚ ਉਹਨਾਂ ਨੇ ਕੀਤਾ ਕੁਛ ਨਹੀਂ। ਹੁਣ ਆਈਏ ਅਸੀਂ ਅਯੁੱਧਿਆ ਦੀ ਗੱਲ। ਅਯੁੱਧਿਆ 'ਚ ਉਹ ਕਹਿੰਦੇ ਸੀ ਰਾਮ ਮੰਦਰ ਵਾਸਤੇ ਮੈਂ ਆਹ ਕਰ ਦੂੰ ਉਹ ਕਰ ਦੂੰ, ਅਜੇ ਤੱਕ ਕੁਛ ਕੀਤਾ, ਉਹ ਵੀ ਕੁਛ ਨਹੀਂ ਕੀਤਾ। ਇਹਦਾ ਜਵਾਨੀ ਵੇਲੇ ਦਾ ਮਿੱਤਰ ਬਾਅਦ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਵਿੱਚ ਚਲਾ ਗਿਆ ਸੀ, ਫਿਰ ਆ 2-3 ਮਹੀਨੇ ਪਹਿਲਾਂ ਇਹਨਾਂ ਦੇ ਸੰਬੰਧ ਵਿਗੜ ਗਏ ਪ੍ਰਵੀਨ ਤੋਗੜੀਆ ਜੀ, ਉਹਦਾ ਇੱਕ ਬਿਆਨ ਆਇਆ, ਕਹਿੰਦਾ ਨਰਿੰਦਰ ਮੋਦੀ ਮੇਰੇ ਮਿੱਤਰ ਥੇ ਔਰ ਜਬ ਰਾਜਨੀਤੀ ਮੈਂ ਆਏ ਤਬ ਰਾਮ ਕੀ ਬਾਤ ਕਰਤੇ ਥੇ, ਸੀਤਾ ਕੀ ਬਾਤ ਕਰਤੇ ਥੇ, ਸੀਤਾ ਕੇ ਪਤੀ ਰਾਮ ਕੀ ਬਾਤ ਕਰਤੇ ਥੇ। ਆਜ ਕੱਲ੍ਹ ਸੀਤਾ ਕੇ ਪਤੀ ਕੋ ਛੋੜ ਕਰ ਨੀਤਾ ਕੇ ਪਤੀ ਕੀ ਬਾਤ ਕਰਤੇ, ਇਹਦਾ ਮਤਲਬ ਪਤਾ ਕੀ ਹੈ ਜੀ? ਨੀਤਾ ਅੰਬਾਨੀ ਜੀ ਜੀ ਜੀ, ਉਹ ਕਹਿੰਦਾ ਸੀਤਾ ਦਾ ਚੇਤਾ ਭੁੱਲ ਗਿਆ ਅਤੇ ਨੀਤਾ ਦਾ ਚੇਤਾ ਆ ਗਿਆ। ਵੈਸੇ ਇਹਦੇ ਵਿੱਚ ਪ੍ਰਵੀਨ ਤੋਗੜੀਆ ਥੋੜ੍ਹੀ ਗਲਤੀ ਕਰਦਾ। ਜਿਹੜੀ ਨੀਤਾ ਅੰਬਾਨੀ ਆ ਉਹ ਮੁਕੇਸ਼ ਅੰਬਾਨੀ ਦੀ ਘਰਵਾਲੀ ਆ ਜੀ, ਅਤੇ ਅੱਖਰ ਉਲਟੇ ਸਿੱਧੇ ਕਰ ਦਿਓ, ਨੀਤਾ ਤੋਂ ਟੀਨਾ ਕਰ ਦਿਓ, ਟੀਨਾ ਦੂਸਰੇ ਅਨਿਲ ਦੀ ਘਰਵਾਲੀ ਆ ਜਿਹਦੇ ਨਾਲ ਇਸ ਵੇਲੇ ਨਰਿੰਦਰ ਮੋਦੀ ਦੀ ਨੇੜਤਾ ਜੀ, ਰਫੇਲ ਵਾਲਾ ਸੌਦਾ, ਰਫੇਲ ਵਾਲਾ ਸੌਦਾ। ਅੱਛਾ ਉਹ ਹੁਣ ਸਾਰੇ ਉੱਧਰ ਨੂੰ ਜੁੜ ਜਾਂਦੇ, ਕਹਿੰਦੇ ਜੀ ਮੋਦੀ ਨੂੰ ਤਾਂ ਇਸ ਵੇਲੇ ਸੀਤਾ ਦੀ ਚਿੰਤਾ ਨਹੀਂ, ਨੀਤਾ ਦੀ ਚਿੰਤਾ। ਜਿਹੜੀ ਅਯੁੱਧਿਆ ਤੋਂ ਜਨਕਪੁਰ ਤੱਕ ਬੱਸ ਇਹਨਾਂ ਚਲਾਈ ਸੀ ਜੀ, ਇਹਨਾਂ ਨੇ ਉਦੋਂ ਆਖਿਆ ਸੀ ਕਿ ਭਾਰਤ ਵਿੱਚੋਂ ਤਾਂ ਗੱਡੀਆਂ ਅਯੁੱਧਿਆ ਤੱਕ ਰਾਮ ਜਨਮ ਭੂਮੀ ਤੱਕ ਆਉਂਦੀਆਂ ਹੀ ਆਉਂਦੀਆਂ। ਰਾਮ ਜੀ ਦੀ ਧਰਮ ਪਤਨੀ ਸੀਤਾ ਮਾਤਾ ਦਾ ਜਨਮ ਰਾਜਾ ਜਨਕ ਦੇ ਘਰ ਹੋਇਆ ਸੀ, ਅਤੇ ਜਨਕ ਦੀ ਨਗਰੀ ਜਨਕਪੁਰ ਜਿਹੜਾ ਉਹ ਨੇਪਾਲ ਵਿੱਚ ਹੈ ਜੀ, ਅਤੇ ਜੇ ਦਿੱਲੀ ਤੋਂ ਲਾਹੌਰ ਤੱਕ ਬੱਸ ਚੱਲਦੀ ਹੈ ਅਤੇ ਅਯੁੱਧਿਆ ਤੋਂ ਨੇਪਾਲ ਦੇ ਜਨਕਪੁਰ ਤੱਕ ਵੀ ਚੱਲ ਸਕਦੀ ਹੈ, ਅਤੇ ਅਸੀਂ ਉਹ ਚਲਾਵਾਂਗੇ। ਫੈਸਲਾ ਕਰ ਲਿਆ ਫਲਾਣੀ ਤਰੀਕ ਨੂੰ ਬੱਸ ਚਲਾਉਣੀ ਹੈ, ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਹਰੀ ਕੇ ਪੱਤਨ ਬੱਸ ਤਾਰ ਦਿੱਤੀ ਸੀ ਜੀ, ਇਹਨਾਂ ਨੇ ਵੀ ਉੱਦਾਂ ਦੀ ਬੱਸ ਤਿਆਰ ਕਰ ਲਈ, ਸ਼ਿੰਗਾਰ ਲਈ। 5 ਮਈ ਦੀ ਤਰੀਕ ਮਿੱਥੀ ਸੀ, 5 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਗਏ ਅਤੇ ਬੱਸ ਚਲਾਤੀ, ਉਸੇ ਦਿਨ ਉੱਧਰੋਂ ਵੀ ਇੱਕ ਬੱਸ ਆ ਗਈ, ਪਰ 6 ਮਈ ਨੂੰ ਨਹੀਂ ਚੱਲੀ ਜੀ। ਹੁਣ ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ ਦੀ ਵੀ 5 ਤਰੀਕ ਆ ਗਈ ਹੈ, ਅਜੇ ਤੱਕ ਬੱਸ 1 ਦਿਨ ਵੀ ਨਹੀਂ ਚੱਲੀ ਜੀ। ਉਹਦਾ ਕਾਰਨ ਕੀ? ਇੱਕ ਤਾਂ ਇਹ ਕਿ ਉਸ ਰੂਟ ਵਾਸਤੇ ਸਵਾਰੀ ਕੋਈ ਨਹੀਂ ਲੱਭਦੀ। ਇਹ ਸਮਝਦੇ ਸੀ ਅਯੁੱਧਿਆ ਤੋਂ ਜਨਕਪੁਰ, ਜਨਕਪੁਰ ਤੋਂ ਅਯੁੱਧਿਆ ਬੜੇ ਧਾਰਮਿਕ ਸ਼ਰਧਾਲੂ ਜਾਣੇ ਆ, ਉੱਥੇ ਜਾਂਦੇ ਕੋਈ ਨਹੀਂ। ਦੂਜਾ ਫਿਰ ਚਾਹੀਦਾ ਸੀ ਕਿ ਉੱਥੋਂ ਵਾਸਤੇ ਕੋਈ ਰਿਸ਼ਤੇਦਾਰੀਆਂ ਵਾਲੇ ਇਹੋ ਜਿਹੇ ਲੱਭਣ ਜੀ, ਜਿਨ੍ਹਾਂ ਦੀਆਂ ਅਯੁੱਧਿਆ ਤੋਂ ਨੇਪਾਲ 'ਚ ਰਿਸ਼ਤੇਦਾਰੀਆਂ ਹੋਣ ਅਤੇ ਨੇਪਾਲ ਵਾਲਿਆਂ ਦੀਆਂ ਇੱਧਰ ਹੋਣ। ਅਜੇ ਦਿੱਲੀ ਤੋਂ ਤਾਂ ਉਹ ਮੁਸਲਮਾਨ ਲੱਭ ਜਾਣਗੇ ਜਿਨ੍ਹਾਂ ਦੀਆਂ ਰਿਸ਼ਤੇਦਾਰੀਆਂ ਪਾਕਿਸਤਾਨ 'ਚ ਜੀ, ਅਤੇ ਪਾਕਿਸਤਾਨ ਤੋਂ ਲੱਭ ਜਾਣਗੇ ਜਿਨ੍ਹਾਂ ਦੀਆਂ ਦਿੱਲੀ 'ਚ, ਯੂਪੀ 'ਚ, ਅਤੇ ਅਯੁੱਧਿਆ ਤੋਂ ਜਨਕਪੁਰ ਵਾਸਤੇ ਕਿੱਥੋਂ ਲੱਭਣੇ ਸੀ ਰਿਸ਼ਤੇਦਾਰ? ਕੋਈ ਨਹੀਂ ਲੱਭੇ। ਜਿਹੜੀ ਪਹਿਲੇ ਦਿਨ ਬੱਸ ਚਲਾਉਣੀ ਸੀ ਬੱਸ ਭਰ ਦਿੱਤੀ, ਕਿਉਂਕਿ ਬੱਸ ਕੰਪਨੀ ਵਾਲਿਆਂ ਜਿਨ੍ਹਾਂ ਨੂੰ ਜਾਪਦਾ ਸੀ ਬੱਸ ਚੱਲ ਪਈ ਫਾਇਦਾ ਬਹੁਤ ਹੋਣਾ, ਉਹਨਾਂ ਨੇ ਆਪਣਾ ਸਟਾਫ ਵੀ, ਰਿਸ਼ਤੇਦਾਰ ਵੀ, ਕੋਈ ਸਰਕਾਰੀ ਅਫਸਰ ਵੀ ਵਾੜ ਦਿੱਤੇ ਕਿ ਸ਼ਾਹੀ ਖਰਚੇ 'ਤੇ ਆ ਜਾਓ, ਸੈਰ ਕਰਾ ਕੇ ਲਏ ਨੇਪਾਲ ਦੀ, ਅਤੇ ਚਲੇ ਗਏ, ਅਤੇ ਅਗਲੇ ਦਿਨ ਮੁੜ ਆਏ, ਉਦੋਂ ਬਾਅਦ ਸਵਾਰੀਆਂ ਹੀ ਨਹੀਂ ਮਿਲ ਗਈਆਂ। ਦੂਸਰੀ ਇਹਦੇ ਤੋਂ ਵੱਡੀ ਗੱਲ ਹੈ, ਵਿਚਾਲੇ ਨੇਪਾਲ ਦਾ ਬਾਰਡਰ ਆਉਂਦਾ ਜਿੱਦਾਂ ਸਾਡਾ ਵਾਹਗਾ ਬਾਰਡਰ ਜੀ, ਵਾਹਗੇ ਬਾਰਡਰ 'ਤੇ ਸਖਤੀ, ਉੱਥੇ ਸਖਤੀ ਕੋਈ ਨਹੀਂ। ਵਾਹਗੇ ਬਾਰਡਰ 'ਤੇ ਪਾਸਪੋਰਟ ਚਾਹੀਦਾ, ਉੱਥੇ ਪਾਸਪੋਰਟ ਨਹੀਂ ਚਾਹੀਦਾ, ਆਈ ਕਾਰਡ ਚੱਲ ਜਾਂਦਾ ਜੀ। ਪਰ ਇੱਕ ਗੱਲ ਤਾਂ ਸਾਫ ਆ ਕਿ ਦੇਸ਼ ਦੋ ਵੱਖੋ ਵੱਖ, ਦੋ ਦੇਸ਼ਾਂ ਦੇ ਵਿਚਾਲੇ ਜਿਹੜੀ ਵੀ ਕੋਈ ਸਰਵਿਸ ਉਹਦੀ ਚੱਲਣੀ ਹੋਵੇ
ਉਹਦੇ ਵਾਸਤੇ ਦੋ ਦੇਸ਼ਾਂ 'ਚ ਪਹਿਲਾਂ ਇੱਕ MOU ਸਾਈਨ ਕੀਤੇ ਨੇ, ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜੀ। ਉਸ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੇ ਵਿੱਚ ਨੇਪਾਲ ਦੀ ਸਰਕਾਰ ਦਾ ਟਰਾਂਸਪੋਰਟ ਮੰਤਰੀ ਜਾਂ ਟਰਾਂਸਪੋਰਟ ਸੈਕਟਰੀ ਦਸਕ ਕਰਦਾ, ਇੱਧਰੋਂ ਭਾਰਤ ਸਰਕਾਰ ਦਾ ਟਰਾਂਸਪੋਰਟ ਮੰਤਰੀ ਜਾਂ ਟਰਾਂਸਪੋਰਟ ਸੈਕਟਰੀ ਸਾਈਨ ਕਰਦਾ, ਅਤੇ ਨਾਲ ਕਿਉਂਕਿ ਸਾਡੇ ਉੱਤਰ ਪ੍ਰਦੇਸ਼ 'ਚੋਂ ਚੱਲਣੀ ਹੈ, ਯੂਪੀ 'ਚੋਂ, ਅਯੁੱਧਿਆ ਤੋਂ, ਇਸ ਕਰਕੇ ਉੱਤਰ ਪ੍ਰਦੇਸ਼ ਦਾ ਟਰਾਂਸਪੋਰਟ ਮੰਤਰੀ ਜਾਂ ਟਰਾਂਸਪੋਰਟ ਸੈਕਟਰੀ ਚਾਹੀਦਾ। ਉਹਦੀ ਫਾਈਲ ਹੀ ਨਹੀਂ ਬਣਾਈ ਗਈ, ਕਿਸੇ ਨੂੰ ਪਤਾ ਹੀ ਨਹੀਂ ਵੀ ਇਹ ਵੀ ਚਾਹੀਦੀ ਆ ਜੀ। ਉਹਨਾਂ ਸੋਚਿਆ ਬਸ ਆਪਾਂ ਤੋਰਨੀ ਗੇਅਰ ਲਾਉਣਾ, ਅਤੇ ਉਹ ਜਿੱਦਾਂ ਕਿ ਪਕੜ ਸਟੇਅਰਿੰਗ ਨੱਪਦੇ ਕਿੱਲੀ, ਸੁਬਾਹ ਜਲੰਧਰ ਸ਼ਾਮ ਨੂੰ ਦਿੱਲੀ, ਇਹਨਾਂ ਨੇ ਸੁਬਾਹ ਜਲੰਧਰ ਸ਼ਾਮ ਨੂੰ ਦਿੱਲੀ ਸਮਝ ਕੇ ਅਯੁੱਧਿਆ ਤੋਂ ਤੁਰੇ ਅਤੇ ਆਪਾਂ ਜਨਕਪੁਰ ਚੱਲ ਜਾਣਾ। ਜਿਹੜੀਆਂ ਵਿੱਚ ਵਾਲੇ ਡਿਪਲੋਮੈਟਿਕ ਅੜਚਣਾਂ ਹੁੰਦੀਆਂ ਜੀ, ਉਹ ਡਰਾਈਵਰ ਕੰਡਕਟਰ ਵਾਸਤੇ ਬਕਾਇਦਾ ਲਾਇਸੈਂਸਿੰਗ ਹੁੰਦੀ ਆ ਸਪੈਸ਼ਲ, ਕਿ ਇਹਨਾਂ ਨੇ ਦੂਸਰੇ ਦੇਸ਼ ਵਿੱਚ ਜਾਣਾ ਅਤੇ ਉੱਥੋਂ ਦੀ ਸਰਕਾਰ ਕੋਲ ਇਹਨਾਂ ਦੇ ਨਾਮ ਬਕਾਇਦਾ ਲਿਖੇ ਹੋਣੇ ਚਾਹੀਦੇ। ਉਹ ਕੁਛ ਵੀ ਨਹੀਂ ਕੀਤਾ ਗਿਆ, ਕੋਈ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਨਹੀਂ। ਹੁਣ ਜਿਹੜੀਆਂ ਕੰਪਨੀਆਂ ਦੋਵੇਂ ਪਾਸੇ ਆ, ਜਿਹੜੀ ਕੰਪਨੀ ਨੇ ਆਖਿਆ ਸੀ ਨੇਪਾਲ ਤੋਂ ਅਸੀਂ ਸਵਾਰੀਆਂ ਲੈ ਕੇ ਜਾਵਾਂਗੇ, ਉਹ ਕਹਿੰਦੇ ਜੀ ਅਸੀਂ ਤਾਂ ਇਹ ਸੋਚਿਆ ਸੀ ਕਿ ਇੱਥੋਂ ਸਵਾਰੀਆਂ ਲੈ ਕੇ ਜਾਵਾਂਗੇ ਅਤੇ ਭਾਰਤ ਵਿੱਚ ਐਂਟਰ ਕਰਦੇ ਸਾਰ ਜਿੱਥੇ ਕੋਈ ਸਵਾਰੀ ਉਤਰਨਾ ਚਾਹੇ ਉੱਥੇ ਉਤਾਰ ਦਿਆਂਗੇ, ਜਿੱਥੇ ਚੜ੍ਹਨਾ ਚਾਹੇ ਚੜ੍ਹਾ ਲਾਂਗੇ ਜੀ। ਇਹ ਕਹਿੰਦੇ ਆ ਕਿ ਜਨਕਪੁਰ ਤੋਂ ਬੱਸ ਚੱਲੀ ਅਤੇ ਅਯੁੱਧਿਆ ਤੱਕ ਜਾਓ, ਰਾਹ ਦੀ ਸਵਾਰੀ ਨਹੀਂ ਲੈ ਸਕਦੇ। ਜਿੱਦਾਂ ਲਾਹੌਰ ਤੋਂ ਚੱਲੀ ਬੱਸ, ਅੰਮ੍ਰਿਤਸਰ ਦੇ ਵਿੱਚ ਸਵਾਰੀ ਨਹੀਂ ਲੈ ਸਕਦੀ ਜੀ, ਅੰਬਾਲੇ ਨਹੀਂ ਲੈ ਸਕਦੀ ਸਿੱਧਾ ਦਿੱਲੀ ਅਤੇ ਦਿੱਲੀ ਤੋਂ ਸਿੱਧਾ ਉੱਥੇ। ਉਸੇ ਤਰ੍ਹਾਂ ਉਹ ਕਹਿੰਦੇ ਜੀ ਅਯੁੱਧਿਆ ਤੋਂ ਚੱਲੀ ਬੱਸ, ਰਾਹ 'ਚੋਂ ਸਵਾਰੀਆਂ ਲੈ ਨਹੀਂ ਸਕਦੀ, ਰਾਹ 'ਚ ਸਵਾਰੀਆਂ ਛੱਡ ਨਹੀਂ ਸਕਦੀ, ਸਿੱਧੀ ਜਾਊਗੀ ਜਾ ਕੇ ਨੇਪਾਲ ਦਾ ਬਾਰਡਰ ਟੱਪੂ ਅਤੇ ਜਨਕਪੁਰ ਤੱਕ ਪਹੁੰਚੂ। ਉਹ ਕਹਿੰਦੇ ਸਿੱਧੀਆਂ ਸਵਾਰੀਆਂ ਮਿਲਦੀਆਂ ਕੋਈ ਨਹੀਂ ਜੀ, ਅਤੇ ਟੁੱਟਣੀ ਸਵਾਰੀ ਰਾਹ 'ਚ ਕਹਿੰਦੇ ਲੈਣ ਨਹੀਂ ਦੇਣੀ, ਅਤੇ ਫਿਰ ਬੱਸ ਚੱਲੇਗੀ ਕਿੱਦਾਂ? ਸੋ ਇੱਕ ਕਿੰਨੇ ਸਾਰੇ ਜੁਮਲੇ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੇ ਛੱਡੇ ਆ, ਉਹਨਾਂ ਜੁਮਲਿਆਂ ਦੀ ਕਤਾਰ 'ਚ ਸਮਝ ਲਓ ਇੱਕ ਜੁਮਲਾ ਅਯੁੱਧਿਆ ਜਨਕਪੁਰ ਦੀ ਬੱਸ ਦਾ ਹੋਰ ਲਿਖਿਆ ਗਿਆ। ਬਿਲਕੁਲ ਸਹੀ। ਆਖਰੀ ਸਵਾਲ ਪੰਨੂ ਸਾਹਿਬ ਮੈਂ ਕਰਨਾ ਚਾਹੁੰਦਾ, ਭਾਰਤ ਪਾਕਿਸਤਾਨ ਦੇ ਸੰਬੰਧ ਤੁਹਾਨੂੰ ਪਤਾ ਹੀ ਹੈ ਕਿਵੇਂ ਵਿਗੜਦੇ ਜਾ ਰਹੇ ਆ। ਹੁਣ ਤਾਂ ਸਰਜੀਕਲ ਸਟਰਾਈਕ ਦੀ ਵਰ੍ਹੇਗੰਢ ਦੇ ਉੱਪਰ ਇਹ ਵੀ ਗੱਲਾਂ ਚੱਲਣ ਲੱਗ ਪਈਆਂ ਸੀ ਕਿ ਸ਼ਾਇਦ ਕੁਝ ਹੋਰ ਸਰਜੀਕਲ ਸਟਰਾਈਕ ਵੀ ਕੀਤੀ ਹੈ, ਪਰ ਇੱਕ ਰੌਲਾ ਪਿਆ ਜੀ, ਇੱਕ ਪਾਕਿਸਤਾਨੀ ਹੈਲੀਕਾਪਟਰ ਜਿਹੜਾ ਉਹ ਭਾਰਤੀ ਖੇਤਰ 'ਚ ਦੇਖਿਆ ਗਿਆ, ਅਤੇ ਬਾਅਦ 'ਚ ਕਿਹਾ ਗਿਆ ਕਿ ਜਿਹੜਾ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ ਆ ਉਹਦੇ ਸ਼ਾਇਦ ਰਾਸ਼ਟਰਪਤੀ ਹੁਰੀ ਉਹਦੇ ਵਿੱਚ ਸੀਗੇ, ਗੋਲੀ ਗਾਲੀ ਚੱਲੀ ਅਤੇ ਫਿਰ ਉਹ ਵਾਪਸ ਚਲਾ ਗਿਆ, ਉਹ ਕੀ ਚੀਜ਼ ਸੀਗੀ? ਉਹ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ, ਉਹਨੂੰ ਨਾ ਤਾਂ ਪਾਕਿਸਤਾਨ ਅਜੇ ਤੱਕ ਆਪਣਾ ਸੂਬਾ ਡਿਕਲੇਅਰ ਕਰ ਸਕਿਆ ਜੀ, ਨਾ ਉਹਦੀ ਕੋਈ ਆਜ਼ਾਦ ਹੋਂਦ UN ਤੱਕ, ਇਹ ਉਹਨੂੰ ਕਹਿੰਦੇ ਆਜ਼ਾਦ ਕਸ਼ਮੀਰ ਆ, ਬਾਕੀ ਦੁਨੀਆ ਨੂੰ ਲੁਟੇਰਾ ਕਸ਼ਮੀਰ ਕਹਿੰਦੀ ਆ ਜੀ। ਉਸ ਕਸ਼ਮੀਰ ਦੇ ਲੋਕ ਬੜੀ ਬੁਰੀ ਹਾਲਤ ਵਿੱਚ ਨੇ, ਅਤੇ ਇਹ ਉਹਨਾਂ ਦੇ ਜਿਹੜਾ ਮੁਖੀ ਆ ਉਹਨਾਂ ਦਾ, ਉਹਨੂੰ ਇਹ ਸਦਰ ਯਾਨੀ ਰਾਸ਼ਟਰਪਤੀ ਕਹਿੰਦੇ ਆ ਜੀ। ਹੁਣ ਜਿਹੜੀ ਵੀ ਕਿਹੋ ਜਿਹੀ ਘਟਨਾ ਹੁੰਦੀ ਉਹਨਾਂ ਦੇ ਮੱਥੇ ਮਾਰਨੀ ਹੁੰਦੀ ਨਾ। ਆ ਦੋ ਦਿਨ ਪਹਿਲਾਂ ਦੀ ਗੱਲ ਹੈ, ਉਹਨਾਂ ਦਾ ਇੱਕ ਹੈਲੀਕਾਪਟਰ ਉੱਧਰੋਂ ਆਇਆ ਅਤੇ ਕੰਟਰੋਲ ਰੇਖਾ ਟੱਪ ਕੇ ਭਾਰਤੀ ਟਿਕਾਣਿਆਂ ਵੱਲ ਜਦੋਂ ਵਧਿਆ, ਇਹਨਾਂ ਪਹਿਲਾਂ ਫਲੈਸ਼ ਲਾਈਟਾਂ ਮਾਰੀਆਂ ਜੀ, ਇਸ਼ਾਰੇ ਕੀਤੇ ਦੋ ਤਿੰਨ ਤਰੀਕਿਆਂ ਨਾਲ ਜਿਹੜੇ ਇੰਟਰਨੈਸ਼ਨਲ ਸਟੈਂਡਰਡ ਹੈ ਉਹਦੇ ਮੁਤਾਬਕ, ਕਿ ਭਾਈ ਤੂੰ ਸਾਡੀ ਹੱਦ 'ਚ ਆ ਗਿਆ, ਮੁੜ ਜਾ। ਉਹ ਨਹੀਂ ਮੁੜਿਆ। ਫਿਰ ਇਹਨਾਂ ਨੇ ਵਾਰਨਿੰਗ ਦੇ ਤੌਰ 'ਤੇ ਫਾਇਰ ਕੀਤੇ ਆ, ਜਿਹੜਾ ਵਾਰਨਿੰਗ ਫਾਇਰ ਹੁੰਦਾ ਉਹ ਸਿੱਧਾ ਨਿਸ਼ਾਨੇ 'ਤੇ ਨਹੀਂ ਮਾਰਿਆ ਜਾਂਦਾ ਜੀ, ਉਹਦੇ ਅੱਗੇ ਪਿੱਛੇ ਖੱਬੇ ਸੱਜੇ ਮਾਰਿਆ ਜਾਂਦਾ, ਚਲਾਇਆ ਜਾਂਦਾ, ਤਾਂ ਕਿ ਇਹਨੂੰ ਪਤਾ ਲੱਗ ਜਾਵੇ ਕਿ ਜੇ ਹੁਣ ਵੀ ਤੂੰ ਨਾ ਹਟਿਆ ਤਾਂ ਫਿਰ ਸਿੱਧੀ ਵੀ ਠੋਕਾਂਗੇ। ਜਦੋਂ ਵਾਰਨਿੰਗ ਫਾਇਰ ਕੀਤਾ ਗਿਆ, ਸਾਡੇ ਉੱਥੇ ਏਅਰ ਸੁਪਰਵੀਜ਼ਨ ਵਾਲੇ ਜਿਹੜੇ ਵੀ ਨੇ, ਏਅਰ ਸੈਂਟਰੀ, ਉਹਨਾਂ ਨੇ ਜਦੋਂ ਕੀਤਾ ਤਾਂ ਪਾਕਿਸਤਾਨ ਦਾ ਹੈਲੀਕਾਪਟਰ ਫਟਾਫਟ ਪਿੱਛੇ ਮੁੜ ਗਿਆ ਜੀ, ਮੁੜ ਕੇ ਫਿਰ ਕਿਸੇ ਪਾਸੇ ਗਿਆ ਨਹੀਂ, ਸਿੱਧਾ ਹੀ ਆਪਣੇ ਮੁਜ਼ੱਫਰਾਬਾਦ ਵਾਲੇ ਟਿਕਾਣੇ ਨੂੰ ਮੁੜ ਗਿਆ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਤਾਂ ਆਪਣਾ ਪੱਖ ਦੇਣਾ ਹੀ ਦੇਣਾ ਸੀ, ਉਹ 24 ਘੰਟੇ ਤੱਕ ਸੋਚਾਂ 'ਚ ਪੈ ਰਿਹਾ ਕਿ ਹੁਣ ਕੀ ਕਰੀਏ ਜੀ। 24 ਘੰਟਿਆਂ ਬਾਅਦ ਉਹਨਾਂ ਨੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਮੁਖੀ ਤੋਂ ਇੱਕ ਬਿਆਨ ਦਵਾ ਦਿੱਤਾ ਕਿ ਉਹ ਤਾਂ ਫੌਜੀ ਹੈਲੀਕਾਪਟਰ ਹੈ ਨਹੀਂ ਸੀ, ਸਫੈਦ ਹੈਲੀਕਾਪਟਰ ਸੀ ਸਿਵਲੀਅਨ। ਇਹ ਤਾਂ ਭਾਰਤ ਨੂੰ ਵੀ ਪਤਾ ਕਿ ਸਿਵਲੀਅਨ ਹੈਡਕੁਆਟਰ ਹੈਲੀਕਾਪਟਰ ਸੀਗਾ, ਚਿੱਟੇ ਰੰਗ ਦਾ ਸੀ, ਸਫੈਦ ਸੀ ਜੀ। ਕਹਿੰਦਾ ਜੀ ਉਹਦੇ ਵਿੱਚ ਤਾਂ ਮੈਂ ਸਾਂ, ਮੇਰੇ ਨਾਲ ਮੇਰਾ ਇੱਕ ਮੰਤਰੀ ਸੀ, ਇੱਕ ਮੇਰਾ ਸਹਾਇਕ ਸੀ, ਅਸੀਂ ਕਿਸੇ ਦੇ ਘਰ ਅਫਸੋਸ ਕਰਨ ਚੱਲੇ ਸਾਂ ਅਤੇ ਅਸੀਂ ਦੀ ਆਪਣੀ ਹੱਦ 'ਚ ਸਾਂ। ਜੇ ਤੁਸੀਂ ਆਪਣੀ ਹੱਦ ਵਿੱਚ ਸੀ ਤਾਂ ਫਿਰ ਉਸੇ ਥਾਂ 'ਤੇ ਉਤਰ ਜਾਂਦੇ, ਫਿਰ ਤੁਹਾਨੂੰ ਪਿੱਛੇ ਮੁੜਨ ਦੀ ਕੀ ਲੋੜ ਸੀ? ਪਛਾਣ ਉਹ ਡਾਰੀ ਤਾਂ ਇਸ ਕਰਕੇ ਲਾਈ ਕਿਉਂਕਿ ਤੁਹਾਨੂੰ ਇਹ ਪਤਾ ਸੀ ਕਿ ਭਾਰਤ ਦੀ ਹੱਦ 'ਚ ਆ ਗਏ ਆ ਜੀ। ਜੇ ਹੁੰਦੇ ਆਪਣੀ ਹੱਦ 'ਚ ਉਸੇ ਥਾਂ 'ਤੇ ਸਿੱਧਾ ਲੈਂਡ ਕਰਕੇ, ਤਾਂ ਇਹਨਾਂ ਨੇ ਆਖਣਾ ਸੀ ਸਾਡੀ ਹੱਦ ਵਿੱਚ ਜਾਂਦਿਆਂ ਦੇ ਉੱਤੇ ਸਾਡੇ 'ਤੇ ਗੋਲੀ ਚਲਾਈ ਗਈ ਹੈ ਜੀ। ਹੁਣ ਇਹਨੂੰ ਢੱਕਣ ਦਾ ਉਹ ਯਤਨ ਕਰ ਰਿਹਾ। ਅਸਲ ਕਹਾਣੀ ਕੀ ਆ? ਇਸ ਖੇਤਰ 'ਚ ਉਹਨਾਂ ਦੇ ਹੈਲੀਕਾਪਟਰ ਫੌਜੀ ਹੈਲੀਕਾਪਟਰ ਨੂੰ ਉਹ ਨਹੀਂ ਵਰਤੇ, ਬਹੁਤਾ ਕਰਕੇ ਜਿਹੜੇ ਸਿਵਲੀਅਨ ਹੈਲੀਕਾਪਟਰ ਨੇ
ਉਹਨਾਂ ਨੂੰ ਭਾਰਤੀ ਖੇਤਰ ਦੇ ਉੱਪਰੋਂ ਦੀ ਚੱਕਰ ਮਾਰਨ ਵਾਸਤੇ ਵਰਤਦੇ ਪਏ ਨੇ। ਸਿਵਲੀਅਨ ਹੈਲੀਕਾਪਟਰ ਨੂੰ ਇਸ ਕਰਕੇ ਵੀ ਇਹ ਵਰਤਦੇ ਆ ਕਿ ਇੱਥੇ ਆ ਕੇ ਫੌਜੀ ਹੈਲੀਕਾਪਟਰਾਂ ਨੂੰ ਅੱਤਵਾਦੀਆਂ ਤੋਂ ਵੀ ਖਤਰਾ ਜੀ। ਅੱਤਵਾਦੀ ਪਾਕਿਸਤਾਨ ਦੇ ਵਿੱਚ ਸਿਰਫ ਉਹ ਨਹੀਂ ਜਿਹੜੇ ਭਾਰਤ ਦੇ ਖਿਲਾਫ਼ ਲੜਨ ਆਉਂਦੇ ਆ, ਅੱਤਵਾਦੀਆਂ ਦੇ ਇੱਕ ਗਰੁੱਪ ਤਹਿਰੀਕੇ ਤਾਲਿਬਾਨ ਪਾਕਿਸਤਾਨ ਉਹਨਾਂ ਦੇ ਆਪਣੇ ਵਾਸਤੇ ਵੀ ਖਤਰਾ। ਇਸ ਕਰਕੇ ਇਸ ਖੇਤਰ ਵਿੱਚੋਂ ਸਿਵਲੀਅਨ ਹੈਲੀਕਾਪਟਰ ਵਰਤਦੇ ਆ, ਕੀਤੀ ਤਾਂ ਉਹਨਾਂ ਦੀ ਫੌਜ ਨੇ ਸ਼ਰਾਰਤ ਆ, ਇੱਧਰ ਆ ਕੇ ਗੇੜਾ ਲਾਇਆ, ਸਾਨੂੰ ਛੇੜਨ ਦੀ ਕੋਸ਼ਿਸ਼ ਵੀ ਹੈ, ਸਾਡੀ ਜਸੂਸੀ ਦੀ ਕੋਸ਼ਿਸ਼ ਵੀ ਹੈ, ਕੁਝ ਨਾ ਕੁਝ ਕੀਤਾ ਜੀ। ਪਰ ਜਦੋਂ ਲੱਗਾ ਕਿ ਨਾਸਾਂ 'ਤੇ ਵੱਜਣ ਲੱਗੀਆਂ ਸੀ, ਪਿੱਛੇ ਮੁੜਨਾ ਪੈ ਗਿਆ ਅਤੇ ਹੁਣ ਕਸ਼ਮੀਰੀ ਕਬਜ਼ੇ ਵਾਲੇ ਜਿਹੜਾ ਉਹ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ ਆ ਉਹਦੇ ਰਾਸ਼ਟਰਪਤੀ ਸੋ ਕਾਲਡ ਰਾਸ਼ਟਰਪਤੀ ਤੋਂ ਬਿਆਨ ਦਵਾਤਾ ਜੀ, ਉਹਦੇ ਵਿੱਚ ਤਾਂ ਮੈਂ ਸਾਂ, ਉਹ ਸੀਗਾ ਕਿ ਨਹੀਂ ਸੀਗਾ ਇਹਦਾ ਕਿਸੇ ਨੂੰ ਕੋਈ ਯਕੀਨ ਨਹੀਂ। ਜੇ ਉਹ ਹੁੰਦਾ ਅਤੇ ਜੇ ਉਹ ਆਪਣੀ ਹੱਦ ਵਿੱਚ ਹੁੰਦੇ, ਉਹਨਾਂ ਨੇ ਪਿੱਛੇ ਮੁਜ਼ੱਫਰਾਬਾਦ ਨੂੰ ਨਹੀਂ ਸੀ ਮੁੜਨਾ, ਉਸੇ ਥਾਂ 'ਤੇ ਲੈਂਡ ਕਰਕੇ ਆਖਣਾ ਸੀ ਦੇਖੋ ਹੱਦ 'ਚ ਜਾਂਦਿਆਂ 'ਤੇ ਭਾਰਤ ਨੇ ਗੋਲੀ ਚਲਾਈ ਹੈ। ਇਹਦੇ ਤੋਂ ਜਾਪਦਾ ਕਿ ਨਿਰਾ ਝੂਠ ਬੋਲਦੇ ਪਏ ਆ, ਇਹ ਝੂਠ ਦੇ ਪੈ ਰਹੇ ਨੇਗੇ। ਬਿਲਕੁਲ ਸਹੀ, ਮੈਨੂੰ ਸਾਹਿਬ ਤੁਸੀਂ ਸਮਾਂ ਕੱਢਿਆ, ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ ਅਤੇ ਇਸ ਵੀਡੀਓ ਨੂੰ ਤੁਸੀਂ ਅੱਗੇ ਤੋਂ ਅੱਗੇ ਸ਼ੇਅਰ ਕਰ ਸਕਦੇ ਹਾਂ ਜੀ। ਜੇਕਰ ਅਜੇ ਤੱਕ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ। ਫਿਲਹਾਲ ਦਿਓ ਗੁਰਪ੍ਰੀਤ ਸੰਧਾ ਵਾਲੀ ਨੂੰ ਇਜਾਜ਼ਤ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਹੁਣ ਹਰ ਰੋਜ਼ ਆਪਣੇ ਫੇਵਰਿਟ ਸ਼ੋਅ ਦੇਖਣ ਲਈ ਹੋਵੇਗੀ ਭੱਜ ਨੱਠ, ਕਿਉਂਕਿ ਬ੍ਰਿਟ ਏਸ਼ੀਆ ਤੇ ਪ੍ਰਾਈਮ ਏਸ਼ੀਆ ਨੇ ਮਿਲਾ ਲਏ ਨੇ ਹੱਥ। ਹਰ ਰੋਜ਼ ਦੇਖੋ ਪ੍ਰਾਈਮ ਏਸ਼ੀਆ ਟੀਵੀ ਦੇ ਹਿੱਟ ਸ਼ੋਅਜ਼ ਹੁਣ ਬ੍ਰਿਟ ਏਸ਼ੀਆ ਟੀਵੀ ਤੇ। ਦੇਸ਼ ਦੁਨੀਆ ਦੀਆਂ ਖਬਰਾਂ ਲਈ ਪ੍ਰਾਈਮ ਨਿਊਜ਼ ਸਵੇਰੇ 7 ਵਜੇ, ਪ੍ਰਾਈਮ ਵੁਮਨ ਬੇਸਡ ਔਨ ਵੁਮਨਸ ਇਸ਼ੂਜ਼ ਸਵੇਰੇ 7:30 ਵਜੇ, ਕਲਚਰਲ ਸ਼ੋਅ ਵਿਦ 뮤직 ਪ੍ਰਾਈਮ ਜ਼ਿੰਦਗੀ ਸਵੇਰੇ 8 ਵਜੇ, ਰਿਲੀਜੀਅਸ ਇਸ਼ੂਜ਼ ਲਈ ਪ੍ਰਾਈਮ ਚਰਚਾ ਤੇ ਐਂਟਰਟੇਨਮੈਂਟ ਲਈ ਪ੍ਰਾਈਮ ਟਾਈਮ ਸਵੇਰੇ 9 ਵਜੇ, ਬੇਸਡ ਔਨ ਡੇਲੀ ਕਰੰਟ ਪੋਲਿਟੀਕਲ ਇਸ਼ੂਜ਼ ਪ੍ਰਾਈਮ ਫੋਕਸ ਸ਼ਾਮ 5 ਵਜੇ, ਜੱਜ ਦਾ ਵਿਚਾਰ ਮਿਊਜ਼ੀਕਲ ਕਾਮੇਡੀ ਸ਼ੋਅ ਐਂਡ ਇੰਟਰਵਿਊਜ਼ ਵਿਦ ਪੰਜਾਬੀ ਸਟਾਰਸ ਸ਼ਾਮ 6 ਵਜੇ, ਬੇਤੜਕ ਤੇ ਪੱਖਪਾਤ ਰਹਿਤ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸ਼ੋਅ ਪ੍ਰਾਈਮ ਡਿਸਕਸ਼ਨ ਦੇਖੋ ਸ਼ਾਮ 7 ਵਜੇ, ਤੇ ਕੀ ਰਿਹਾ ਅਖਬਾਰਾਂ ਦੀਆਂ ਸੁਰਖੀਆਂ 'ਚ ਦੱਸਣਗੇ ਸਵਰਨ ਟੈਣਾ, ਖਬਰ ਦੀ ਖਬਰ ਸ਼ਾਮ 7:30 ਵਜੇ। ਸੋ 50 ਦੇ ਕਰੀਬ ਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਟੀਵੀ ਸੈੱਟਸ ਤੇ ਸਕਾਈ ਟੀਵੀ ਚੈਨਲ 743, ਵਰਜਨ ਟੀਵੀ ਚੈਨਲ 840, ਫ੍ਰੀਵਿਊ ਚੈਨਲ ਨੰਬਰ 264 ਤੇ। ਬ੍ਰਿਟਿਸ਼ ਏਸ਼ੀਆ ਟੀਵੀ ਹੈ ਜਿੱਥੇ, ਪ੍ਰਾਈਮ ਏਸ਼ੀਆ ਟੀਵੀ ਹੈ ਉੱਥੇ।